थोड़े वर्गी मिट्टी चाह बना के लिया। अरे प्यार ना बुला रहे लता मंदे। हाँ जी नहीं इधर भी ना थोड़ा परे होके बैठ। आहो मेरा कहने का मतलब ये वे के जेड़े तेरे तौर तरीके जेड़े तू ड्रामे करदी पई है ना मेनू सब पता है। ए तेरे तरीके क्यों बदले ने तू ना मेरे कमां च टंग ना इड़ावे ते चंगी गल है। मेनू शांति रहन दे मेनू गुस्सा ना चढ़ा। बीजी लत्ता नहीं अड़ा दिया मैं तो तेनू समझाने की कोशिश कर रही हूँ। तुसी वड्डे हो समझदार हो मेरी गल तो सुनो। मैं जानती हाँ ਤੁਸੀਂ ਸਾਰਿਆਂ ਨੇ ਮਿਲ ਕੇ ਉਹਨੂੰ ਵਿਗਾੜ ਕੇ ਰੱਖਿਆ ਹੋਇਆ ਸੀ ਮੈਨੂੰ ਸਭ ਪਤਾ ਹੈ। ਵਿਗਾੜਿਆ ਤਾਂ ਤੁਸੀਂ ਆ ਨਵਾਬ ਨੂੰ ਤੁਹਾਡਾ ਹੀ ਤਾਂ ਲਾਡਲਾ ਹੈ ਉਹ। ਅੱਛਾ ਹਰ ਵਾਰੀ ਨਵਾਬ 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 ਕਰਦੇ ਰਹਿੰਦੇ ਸੀ ਤੁਸੀਂ। ਨਹੀਂ ਸੈਟ ਸੈਟ ਅਪ ਕੀ ਹੋ ਗਿਆ ਪਿਛੇ ਸੰਤੋ ਜੋ ਮੈਂ ਤਾਂ ਦੱਸਾਂ ਕੋਈ ਚਲਾ ਹੀ ਜਾਏ ਨਾ ਤੇ ਦੁਨੀਆ ਖਤਮ ਹੀ ਹੋ ਜਾਂਦੀ ਹੈ। ਹੁਣ ਇਹ ਫੌਜ ਵਿੱਚ ਸੀ ਵਾਪਸ ਹੀ ਨਹੀਂ ਆਏ ਹੈ ਤੇ ਮੇਰੀ ਦੁਨੀਆ ਮੁੱਕ ਗਈ। ਮੇਰੀ ਦੁਨੀਆ ਚਾਲੂ ਹੈ ਨਾ ਇਹ ਹੈ ਨਾ ਦੂਜਾ ਫੌਜੀ। ਨਹੀਂ ਮੇਰਾ ਕਹਿਣ ਦਾ ਮਤਲਬ ਇਹ ਵੇ ਇਹ ਤਾਂ ਨਵਾਬ ਸੀ ਨਵਾਬ ਤੇ ਕਰਦਾ ਨੌਕਰ ਸੀ ਹੈ ਜੋ ਨੌਕਰ ਚਲਾ ਹੀ ਗਿਆ ਵੇ ਤੇ ਦਫਾ ਕਰੋ ਉਹਨੂੰ ਹੈ। ਦੇਖੋ ਨੌਕਰ ਨੂੰ ਨੌਕਰ ਦੀ ਥਾਂ ਤੇ ਰੱਖਣਾ ਚਾਹੀਦਾ ਜੇ ਉਹਨੂੰ ਪਰਿਵਾਰ 'ਚ ਸ਼ਾਮਿਲ ਕਰਨਾ ਨਾ ਤਾਂ ਉਹ ਹਰ ਗੱਲ ਵਿੱਚ ਟੰਗ ਅੜਾਉਂਦਾ ਹਰ ਗੱਲ 'ਚ ਬਿਨਾਂ ਮੰਗਿਆ ਆਪਣੀਆਂ ਸਲਾਹਾਂ ਦਿੰਦਾ ਹੈ। ਇਹ ਹਿਸਾਬ ਹੋ ਗਿਆ ਸੀ ਨਵਾਬ ਦਾ ਸਮਝਿਓ ਨਾ। ਆਹੋ ਦਫਾ ਹੋ ਗਿਆ ਤੁਹਾਨੂੰ ਦਫਾ ਹੁੰਦੇ ਹੋ। ਅੱਜ ਤੋਂ ਬਾਅਦ ਉਹਦੀ ਗੱਲ ਨਹੀਂ ਕਰਨੀ ਮੈਨੂੰ ਗੁੱਸਾ ਨਹੀਂ ਚੜਾਣਾ ਸਮਝੇ ਹੋ। ਪਰ ਬਸ ਚਲੋ ਇੱਥੋਂ ਤੁਸੀਂ। ਕਿੰਨੀ ਦਹਿਸ਼ਤ ਹੈ ਮੇਰੀ ਮੇਰੀ ਵੀ ਆਮ ਚ ਭੰਗ ਪਾਤਾ। ਹੁਣ ਫਿਰ ਮੈਂ ਚਲ ਸ਼ਾਂਤ ਹੋ ਜਾਵਾਂ। ਕੁਲ 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 ਜੀ ਮੈਂ ਨਾ ਪੋਚੀ ਹੋਲੀ ਗੱਲ ਕਰ ਹੋਲੀ ਮੈਂ ਨਾ ਪੋਚੀ ਨੂੰ ਗਿਲਾ ਕਰਕੇ ਮਾਰਤਾ। ਹਾਂ ਗਿਲਾ ਗਿਲਾ ਰੱਖਿਆ ਤਾਂ ਕਿ ਗੰਦਾ ਕੰਮ ਲੱਗੇ ਕਿ ਨਵਾਬ ਵੀ ਸਾਰਿਆਂ ਨੂੰ ਯਾਦ ਹੈ। ਹੁਣ ਮੈਂ ਨਾ ਅੰਦਰ ਜਾ ਕੇ ਹੋਰ ਵੀ ਨਾ ਸਾਰੀ ਗੜਬੜ ਕਰ ਦੇਣੀ ਹੈ ਠੀਕ ਹੈ। ਹਾਂ ਮੈਂ ਕਿਸੇ ਨੂੰ ਚਾਹ ਕਿਸੇ ਨੂੰ ਗਲਤ ਪਾਣੀ ਹਾਏ ਕੋਈ ਚਾਹ ਪਿਆ ਦਿਓ ਮੈਨੂੰ। ਉਹ ਮੇਰੀ ਪਾਣੀ ਦੀ ਬਾਟਲੀ ਲਿਆਉਂਦਾ ਯਾਰ ਪਤਾ ਨਹੀਂ ਕਿੱਥੇ ਮਰ ਗਈਆਂ ਨੇ ਦੋਨੋਂ ਹੀ। ਚਾਹ ਮਿਲੇਗੀ ਕਿ ਨਹੀਂ ਮਿਲੇਗੀ ਅੱਜ ਵਿੱਚ ਚਾਹ ਚਾਹ ਲਾਈ ਹੁਣੇ। ਪਾਣੀ ਦੀ ਬਾਲਟੀ ਵੀ ਲਿਆ ਦੋ। ਪੁੱਤ ਪਾਣੀ ਲਿਆਈ ਮੈਂ ਪਾਣੀ ਬੀਜੀ ਨੂੰ ਚਾ ਸਾਡੀ ਨੂੰ ਤੇ ਬੀਜੀ ਨੂੰ ਫਿਰ ਦੇਖੀ ਨਵਾਬ ਦੀ ਕਿੰਨੀ ਯਾਦ ਆਉਂਦੀ। ਚੱਲ ਚੱਲ ਛੇਤੀ ਛੇਤੀ ਛੇ ਤੂੰ ਮੇਰੇ ਪਿੱਛੇ ਪਿੱਛੇ ਆਈ। ਹਾਂ ਚੱਲ ਆ ਜਾ 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 ਹਬੀ ਜੀ ਆ ਲੋ ਪਾਣੀ ਤੇ ਤੇਰੀ ਚਾ। ਨੀ ਗੱਲ ਸੁਣ ਹੈ ਇਹਦੇ ਚ ਮੈਂ ਨਾਵਾਂ ਹੈ ਤੂੰ ਉਲਟਾ ਪੁਲਟਾ ਕਰ ਦਿੱਤਾ ਸਾਰਾ ਕੁਝ। ਮੈਨੂੰ ਪਾਣੀ ਨਾ ਦੇ ਪਾਣੀ ਉਹਨੂੰ ਦੇ ਤੇ ਗਲਾਸ ਚਾਹ ਤਾਂ ਮੈਨੂੰ ਦੇ। ਹਾਂਜੀ ਇਮਲੀ ਤੂੰ ਪਾਣੀ ਉੱਥੇ ਦੇ ਮੈਂ ਚਾਹ ਇੱਥੇ ਦੇਣੀ ਆ। ਕਿੱਥੇ ਤੂੰ ਜਾਣਾ ਇੱਥੋਂ ਜਾ ਚਾ ਚਾ ਤੁਹਾਡੀ ਚਾਹ ਮੈਨੂੰ ਦੇ ਚਾਹ। ਹਾਂ ਬੰਦਲਾਂ ਦੀਆਂ ਫਿਰਦੀਆਂ ਨੇ। ਹਾਂ ਹਾਏ ਹਾਏ ਇੱਕ ਖੰਡ ਦੀ ਜਗ੍ਹਾ ਲੂਣ ਪਾਤਾ ਲੂਣ ਖਵਾ ਕੇ ਮਾਰਨਾ ਜੇ ਮੈਨੂੰ ਹੈ ਲੂਣ ਜ਼ਿਆਦਾ ਹੋ ਗਿਆ ਕਿ ਖੰਡ ਘੱਟ ਪੈ ਗਈ ਇਹ ਹੈ ਲੂਣ ਹੀ ਪਾਤਾ ਚਾਹ ਚ ਬੇਕੂਫਾ ਜਈਆਂ ਹੋਣ ਤੇ। ਕਿੰਨੇ ਬਣਾਈ ਚਾਹ ਪੁੱਤ ਤੂੰ ਚਾਹ ਵਿੱਚ ਖੰਡ ਦੀ ਜਗ੍ਹਾ ਮਤਲਬ ਸ਼ੱਕਰ ਦੀ ਜਗ੍ਹਾ ਕੁਝ ਸ਼ੂਗਰ ਦੀ ਜਗ੍ਹਾ ਕੁਝ ਹੋਰ ਤਾਂ ਨਹੀਂ ਪਾਤਾ ਲੂਣ ਤਾਂ ਨਹੀਂ ਪਾਤਾ। ਖੈਰ ਮਮ ਮੈਨੂੰ ਤਾਂ ਪਤਾ ਹੀ ਨਹੀਂ ਸ਼ੂਗਰ ਤੇ ਸਾਲਟ ਵਿੱਚ ਡਿਫਰੈਂਸ ਤੇ ਮੈਨੂੰ ਤਾਂ ਦੋਵਾਂ ਹੀ ਵਾਈਟ ਵਾਈਟ ਲੱਗਦੇ ਮੈਂ ਸਾਲਟ ਪਾਤਾ ਸ਼ੂਗਰ ਦੀ ਜਗ੍ਹਾ। ਉਹਨੂੰ ਕੀ ਪਤਾ ਹੋਣਾ ਤੈਨੂੰ ਸਮਝਾਉਣਾ ਚਾਹੀਦਾ ਉਹਨੂੰ। ਉਹਨੂੰ ਬਚਾਰੀ ਨੂੰ ਕੀ ਪਤਾ ਚਾਹ ਕਿੱਦਾਂ ਦੀ ਬਣਾਈ ਦੀ ਹੁੰਦੀ ਹੈ ਤੂੰ ਨਹੀਂ ਸਮਝਾਉਂਦੀ ਹੈਗੀ। ਆਹੋ ਬੇਵਕੂਫ ਜੇ ਨਾ ਹੋਵੇ ਤੇ ਤੇਰਾ ਕਸੂਰ ਹੈ ਸਾਰਾ। ਪੁੱਤਰ ਤੂੰ ਆਪੇ ਦੇਖ ਲਿਆ ਕਰ ਇਹਦਾ ਤੇ ਦਿਮਾਗ ਹੀ ਇਦਾਂ ਦਾ ਹੈਗਾ ਵੇ। ਐਕਚੁਅਲੀ ਗ੍ਰੈਂਡ ਮਮ ਯੂ ਨੋ ਮੰਮੀ ਜੀ ਨੂੰ ਨਾ ਸਾਰੇ ਕੰਮ ਕਰਨੇ ਪੈਂਦੇ ਕਰਦੇ ਨਵਾਬ ਨਹੀਂ ਹੈਗਾ ਨਾ ਨਵਾਬ ਦੇ ਹੁੰਦੇ ਤਾਂ ਮੈਨੂੰ ਕੋਈ ਕੰਮ ਕਰਨ ਦੀ ਲੋੜ ਹੀ ਨਹੀਂ ਪੈਂਦੀ ਸੀ ਤੇ ਇਸ ਲਈ ਬਸ ਮੰਮੀ ਜੀ ਸਿਖਾ ਨਹੀਂ ਪਾ ਰਹੇ ਕੋਈ ਕੰਮ। ਠੀਕ ਹੈ ਠੀਕ ਹੈ ਲੈ ਜਾ ਸੜੀ ਜੀ ਚਾਹ ਮੈਂ ਨਹੀਂ ਪੀਣੀ ਹੁਣ ਮੈਨੂੰ ਭੁੱਖ ਲੱਗੀ ਹੈ ਮੇਰੇ ਵਾਸਤੇ ਰੋਟੀ ਬਣਾ ਕੇ ਲਿਆ ਜਾ। ਹਾਂ ਬਸ ਅੱਗ ਬਾਲੀ ਹੋਈ ਮੈਂ ਲੈ ਕੇ ਆਉਂਦੀ ਹਾਂ ਲੈ ਕੇ ਜਾ ਪੂਰੇ ਤੌਰ ਤੇ ਪ੍ਰੈਸ ਤਾਂ ਕਰ ਤੂੰ ਨਾ ਤੂੰ 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 ਜਾ ਕੇ ਰੋਟੀ ਸੇ ਮੈਂ ਕੱਪੜੇ ਸਤਰੀ ਕਰਕੇ ਲਿਆਉਂਦੀ ਹਾਂ ਆ ਲੈ ਜਾ। ਹਾਂ ਹੈ ਨਹੀਂ ਨਹੀਂ ਕੀ ਕਾਕੋ ਰੋਲਾ ਪਾਇਆ ਹੋਇਆ ਵੇ ਗੁਆਚੀਆਂ ਫਿਰਦੀਆਂ ਨੇ ਆਪਾਂ ਤਾਂ ਕੱਪੜੇ ਵੀ ਨਹੀਂ ਕਰਨੇ ਤੇ ਰੋਟੀ ਵੀ ਸਾੜਨੀ ਆ ਵੇਖ ਮੈਂ ਸਾੜਦੀ ਹਾਂ ਰੋਟੀ। ਹਾਂ ਚੱਲ ਮੈਨੂੰ ਲੱਗਣਾ ਚਾਹੀਦਾ ਹੁਣੇ ਬਣਾ ਰਹੇ
ਬੀਜੀ ਜੇ ਨਵਾਬ ਹੁੰਦਾ ਨਾ, ਇਹ ਸਾਰੇ ਪੌੜੇ ਪੈਣੇ ਨਹੀਂ ਸੀ, ਐ ਕਰ ਦੇਣੇ ਸੀ ਸਾਰੇ ਕੰਮ ਉਹਨੇ। ਉਹ ਮੈਂ ਤਾਂ ਹਜੇ ਵੀ ਕਹਿੰਦਾ ਉਹ ਗੁੱਸਾ ਥੁੱਕੋ, ਉਹ ਗੁੱਸਾ ਨਾ ਬੰਦੇ ਨੂੰ ਖੋਖਲਾ ਕਰ ਦਿੰਦਾ। ਦਫਾ ਕਰ ਉਹਨੂੰ, ਰੋਟੀ ਅੱਜ ਮਿਲ ਜਾਏਗੀ ਮੈਨੂੰ, ਮੈਨੂੰ ਭੁੱਖ ਬਹੁਤ ਲੱਗੀ, ਰੋਟੀ ਲੈ ਆਓ। ਹਾਂ ਹਾਂ ਹੁਣੇ ਲੈ ਕੇ ਆਏ ਬੀਜੀ। ਲਿਆਓ ਲਿਆਓ, ਸ਼ੁਕਰ ਏ ਰੋਟੀ ਆਈ ਹੈ ਟਾਈਮ ਨਾਲ। ਹਾਂ ਕੀ ਕਿਹੜਾ ਸਮਾਂ ਆ ਗਿਆ ਮੇਰੇ ਤੇ, ਇੱਕ ਰੋਟੀ ਖਾਣੀ ਹੁੰਦੀ ਮੈਂ, ਉਹ ਵੀ ਰੋਟੀ ਸੜਾ ਕੇ ਲਿਆਂਦੀ ਤੁਸੀਂ ਦੋਨਾਂ ਨੇ। ਆਹੋ ਤੁਹਾਡੇ ਕੋਲ ਰੋਟੀ ਚਾਹੀਦੀ ਬਣਦੀ। ਕਿੰਨੇ ਬਣਾਈ ਰੋਟੀ ਅੱਜ? ਗ੍ਰੈਂਡਮਮ ਯੂ ਨੋ ਮੈਨੂੰ ਤਾਂ ਕੁਝ ਆਉਂਦਾ ਨਹੀਂ, ਬਸ ਇਸ ਲਈ ਮਿਸਟੇਕਸ ਹੋ ਰਹੀਆਂ। ਨਵਾਬ ਸੀ ਨਾ ਤਾਂ ਇੱਦਾਂ ਨਹੀਂ ਹੁੰਦਾ ਸੀ। ਇਹ ਸਾਰਾ ਤੇਰਾ ਹੀ ਕਸੂਰ ਹੈ, ਉਹਨੂੰ ਵਿਚਾਰੀ ਨੂੰ ਕਿੱਦਾਂ ਰੋਟੀ ਬਣਾਉਣੀ ਆਉਂਦੀ ਹੋਏਗੀ, ਉਹ ਵਿਚਾਰੀ ਬਾਹਰੋਂ ਆਈ ਹੈ, ਉਹਨੂੰ ਕੀ ਪਤਾ ਰੋਟੀ ਕਿੱਦਾਂ ਵੇਲੀ ਦੀ, ਆਟਾ ਕਿੱਦਾਂ ਗੁੰਨੀ ਦਾ। ਇਹ ਸਾਰਾ ਤੇਰਾ ਕਸੂਰ ਹੈ, ਤੈਨੂੰ ਸਿਖਾਉਣਾ ਚਾਹੀਦਾ, ਤੇਰਾ ਹੀ ਕਸੂਰ ਹੈ ਸਾਰਾ। ਸਾਰਾ ਕਸੂਰ ਮੇਰਾ ਹੀ ਹੈ, ਮੇਰਾ ਹੀ ਹੈ, ਮੇਰਾ ਹੀ ਹੈ, ਮੈਂ ਹੀ ਸਾਰੀ ਗੜਬੜ ਕਰਦੀ ਹਾਂ, ਮੈਂ ਹੀ। ਬਟ ਬੀਜੀ, ਰੱਬ ਨੇ ਮੈਨੂੰ ਦੋ ਹੀ ਹੱਥ ਦਿੱਤੇ ਆ, ਦੋ ਹੱਥਾਂ ਨਾਲ ਕੀ ਕਰਾਂ ਮੈਂ, ਕੀ ਨਹੀਂ। ਮੇਰੇ ਕਿਹੜੇ 14 ਹੱਥ ਨੇ, ਮੇਰੇ ਵੀ ਦੋ ਹੀ ਹੱਥ ਨੇ। ਇਹਨਾਂ ਦੋਨਾਂ ਹੱਥਾਂ ਦੇ ਨਾਲ ਅਸੀਂ ਸਾਰੇ ਟੱਬਰ ਦਾ ਕੰਮ ਕਰ ਲਈਦਾ ਸੀ। ਘਰ 'ਚ 10-10 ਲੋਕ ਹੁੰਦੇ ਸੀ, ਮੈਂ ਰੋਟੀਆਂ ਬਣਾ ਕੇ ਖਵਾਉਂਦੀ ਹੁੰਦੀ ਸੀ, ਕੱਪੜੇ ਧੋ ਕੇ ਦਿੰਦੀ ਹੁੰਦੀ ਸੀ, ਭਾਂਡੇ ਮਾਂਜ ਕੇ ਦਿੰਦੀ ਹੁੰਦੀ ਸੀ। ਇੱਥੇ ਢਾਈ ਢੇਡੂ ਟੱਬਰ ਹੈ, ਤਾਂ ਵੀ ਇਹਨਾਂ ਦੋਨਾਂ ਨੇ ਕਾਕੋ ਰੋਲਾ ਪਾਇਆ ਹੋਇਆ, ਦੌੜੀਆਂ ਫਿਰਦੀਆਂ ਨੇ, ਰੋਟੀ ਨਹੀਂ ਬਣਦੀ ਇਹਨਾਂ ਕੋਲੋਂ। ਜਦੋਂ ਨਵਾਬ ਨਹੀਂ ਹੈਗਾ ਸੀ ਨਾ ਉਦੋਂ ਵੀ ਘਰ ਚੱਲਦਾ ਸੀ, ਹੁਣ ਨਹੀਂ ਰਹੇਗਾ ਨਾ ਹੁਣ ਵੀ ਘਰ ਚੱਲੇਗਾ। ਹੈ ਉਹ ਨਾ ਘਰ ਛੱਡ ਕੇ ਗਿਆ ਹੈ, ਘਰ ਚੁੱਕ ਕੇ ਨੀ ਨਾਲ ਲੈ ਗਿਆ, ਘਰ ਤੇ ਇੱਥੇ ਹੀ ਹੈ ਨਾ। ਕਾਕੋ ਰੋਲਾ ਪਾਇਆ, ਦੌੜੀਆਂ ਫਿਰਦੀਆਂ ਨੇ, ਪਤਾ ਨੀ ਕੀ ਹੋਇਆ ਪਿਆ ਵੇ, ਫਿਰ ਨੀ ਕੰਮ ਹੁੰਦਾ ਚੱਜਦਾ ਇਹਨਾਂ ਕੋਲੋਂ। ਆਹੋ ਮੇਰਾ ਤੇ ਸਾਹ ਹੀ ਸੁੱਕ ਗਿਆ ਵੇ ਨਵਾਬ ਵੇ ਮੋਇਆ। ਤੁਸੀਂ ਕੀ ਸਮਝਦੇ ਹੋ ਨਵਾਬ ਬਿਨਾਂ ਕੰਮ ਨਹੀਂ ਹੋਏਗਾ? ਉਹ ਕਹਿੰਦੇ ਨੇ ਨਾ ਤੂੰ ਨਾ ਹੁੰਦਾ ਤੇ ਮੈਂ ਵਿਆਹਿਆ ਨਾ ਜਾਂਦਾ, ਮੈਂ ਆਪੇ ਕੰਮ ਕਰ ਲਾਂਗੀ, ਮੈਨੂੰ ਕੋਈ ਲੋੜ ਨਹੀਂ ਹੈਗੀ ਨਵਾਬ ਸ਼ਵਾਬ ਦੀ, ਨਾ ਹੀ ਤੁਹਾਡੀ ਸਾਰਿਆਂ ਦੀ, ਮੈਨੂੰ ਸਾਰੇ ਕੰਮ ਕਰਨੇ ਆਉਂਦੇ ਹੈਗੇ, ਮੈਂ ਆਪੇ ਕੰਮ ਕਰ ਲਾਂਗੀ, ਮੈਨੂੰ ਕਿਹੜਾ ਕੰਮ ਨਹੀਂ ਕਰਨੇ ਆਉਂਦੇ। ਮੋਇਆ ਮਰ ਜਾਣਾ ਨਾ ਹੋਵੇ ਤਾਂ ਪਤਾ ਨਹੀਂ ਕਿੱਥੇ ਮਰ ਗਿਆ ਜਾ ਕੇ। ਅਸੀਂ ਇੰਨਾ ਕੰਮ ਵਿਗਾੜਿਆ, ਇੰਨਾ ਕੰਮ ਵਿਗਾੜਿਆ, ਇਹਨਾਂ ਨੇ ਨਵਾਬ ਨੂੰ ਵਾਪਸ ਬੁਲਾ ਹੀ ਲੈਣਾ। ਰੋਟੀਆਂ ਵੀ ਸਾੜਤੀ, ਪਾਣੀ ਵੀ ਗਿਰਾਤਾ। ਆਏ ਹਾਏ ਵੱਡੇ ਭਾਈ, ਆਏ ਹਾਏ ਵੱਡੇ ਭਾਈ, ਹਾਏ ਓਏ ਬੀਜੀ ਮਰ ਗਈ, ਮੇਰਾ ਹੱਥ ਟੁੱਟ ਗਿਆ, ਤੁਸੀਂ ਠੀਕ ਹੋ? ਮੈਂ ਟੁੱਟ ਗਈ ਹਾਂ। ਹਾਏ ਨਹੀਂ, ਮੈਂ ਇੱਥੇ ਲੰਮੀ ਪੈਂਦੀ ਪਈ ਆ, ਸੌਣ ਲੱਗੀ ਆ। ਆਜੋ ਆਜੋ ਤੁਸੀਂ ਵੀ ਆਜੋ, ਲੰਮੇ ਪੈ ਜਾਓ। ਹਾਏ ਹਾਏ ਹਾਏ, ਮਰ ਜਾਣੇ ਨੇ ਪੋਚਾ ਮਾਰਿਆ, ਹਾਏ ਗਿੱਲਾ ਛੱਡ ਦਿੱਤਾ। ਮੈਂ ਕਿਹਾ ਕਿੰਨੀ ਵਾਰੀ ਕਹਿ ਚੁੱਕੀ ਆ ਉਹਨੂੰ, ਵੇ ਸੁਕਾ ਦਿਆ ਕਰ ਮੋਇਆ ਪੋਚਾ, ਪਰ ਸੁਕਾਉਂਦਾ ਨਹੀਂ ਹੈਗਾ, ਇਹ ਨਾ ਚਤਰੋੜ ਖਾਣ ਵਾਲਾ ਹੋਇਆ। ਆ ਲੈਂਦੇ ਨੂੰ, ਮੈਂ ਨਾ ਲੱਤਾਂ ਭਰਨ ਦੇ ਨਹੀਂ ਆਦੀਆਂ। ਕਿਹਦੀ ਗੱਲ ਕਰ ਰਹੇ ਤੁਸੀਂ? ਉਹ ਨਵਾਬ ਮੋਇਆ ਸਾਹਿਬ, ਬੇਚੁੱਪ ਕਰ ਤੂੰ ਬੀਜੀ। ਨਵਾਬ ਨੂੰ ਤਾਂ ਤੁਸੀਂ ਕੱਢਤਾ ਸੀ ਨਾ ਘਰੋਂ, ਤਾਂ ਪੋਚਾ ਕਿੰਨੇ ਮਾਰਿਆ ਮੈਂ ਉਹਨੂੰ, ਕਿੰਨੀ ਪਈਆਂ। ਆਹੋ ਖੜੋ ਕਰੋ, ਮੈਨੂੰ ਖੜੇ ਕਰੋ, ਖੜੇ ਕਰੋ। ਹਾਏ ਇੱਕ ਮਿੰਟ ਮੇਰੀ ਜੁੱਤੀ, ਹਾਏ ਮੇਰੇ ਬਾਹਾਂ ਨਾ ਕੱਢ ਛੱਡਿਓ, ਹੌਲੀ ਹੌਲੀ। ਹਾਏ ਹਾਏ ਦੇਖਿਆ ਵੀ ਜੀ, ਤੁਸੀਂ ਨਵਾਬ ਨੂੰ ਕਿੰਨਾ ਯਾਦ ਕਰ ਰਹੇ ਸੀ, ਮੈਂ ਤਾਂ ਕਿਹਾ ਸੀ ਤੁਹਾਡਾ ਸਰਨਾ ਹੀ ਨਹੀਂ ਉਹਦੇ ਬਿਨਾਂ। ਉਹ ਗੱਲ ਇੱਦਾਂ ਤੁਹਾਡੇ ਹੱਡਾਂ 'ਚ ਰਚਿਆ ਹੋਇਆ, ਦੇਖਿਆ ਵੇ ਚੁੱਪ ਕਰ। ਜੁਲਾਇਆ ਦੇ ਮਸ਼ਕਰੀਆ ਮਾਵਾਂ ਭੈਣਾਂ ਨਾਲ ਹੈ, ਮੰਨਿਆ ਮੈਨੂੰ ਆਦਤ ਹੋ ਗਈ ਸੀ, ਪਰ ਮੇਰਾ ਲਗਾਵ ਹੈ ਨਹੀਂ ਸੀ ਉਹਦੇ ਨਾਲ। ਆਹੋ ਇਹ ਸਭ ਤੇਰਾ ਕੀਤਾ ਕਰਾਇਆ ਹੈ, ਤੂੰ ਚਾਹੁੰਦੀ ਹੈ ਕਿ ਨਾ ਬੀਜੀ ਡੇਗ ਭੈਣ ਇਹਨਾਂ ਦੀਆਂ ਹੱਡੀਆਂ ਟੁੱਟ ਜਾਣ, ਇਹ ਹਮੇਸ਼ਾ ਵਾਸਤੇ ਬਿਸਤਰ ਤੇ ਪੈ ਜਾਣ, ਮੰਜੇ ਤੇ ਪਏ ਰਹਿਣ। ਆਹੋ ਪਰ ਮੈਂ ਤੈਨੂੰ ਛੱਡਾਂ ਕੀ ਨਹੀਂ, ਮੈਂ ਤੈਨੂੰ ਦੇਖ ਲਵਾਂਗੀ, ਤੈਨੂੰ ਦੇਖ ਲਵਾਂਗੀ ਮੈਂ। ਆਹੋ ਹਾਂ ਬੀਜੀ, ਮੈਂ ਇੰਝ ਕਿਉਂ ਚਾਹਾਂਗੀ, ਮੰਜੇ ਤੇ ਪੈਣ ਤੁਹਾਡੇ ਦੁਸ਼ਮਣ। ਹਾਂ ਤੂੰ 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 ਕੀ ਕਰੀ ਜਾਂਦੀ ਹੈ, ਤੂੰ 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 ਕਰੀ ਜਾਂਦੀ ਮੇਰੇ ਮੂੰਹ ਦੇ ਉੱਤੇ। ਮੈਂ ਬਸ ਚਾਹੁੰਦੀ ਕਿ ਤੁਹਾਨੂੰ ਨਜ਼ਰ ਨਾ ਲੱਗੇ, ਇਸ ਕਰਕੇ ਕਰ ਰਹੀ ਹਾਂ ਇਹਦਾ, ਮੈਂ ਨਹੀਂ ਚਾਹੁੰਦੀ ਕਿ ਤੁਸੀਂ ਹਮੇਸ਼ਾ ਲਈ ਨਾ ਮੰਜੇ ਤੇ ਹੀ ਪੈ ਜਾਓ, ਹੱਥ ਤੇ ਤੁਹਾਡਾ ਬੇੜਾ ਗਰਕ ਹੋ, ਮਤਲਬ ਤੁਹਾਨੂੰ ਨਜ਼ਰ ਲਗਾਉਣ ਵਾਲੇ ਦਾ ਬੇੜਾ ਗਰਕ ਹੋ, ਤੂੰ 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 ਨਜ਼ਰ ਨਹੀਂ ਲੱਗੇਗੀ ਹੁਣ ਦੇਖਣਾ ਮੈਨੂੰ। ਹਾਂ ਨਹੀਂ ਕਿੰਨੀ ਸਿਆਣੀ ਹੈ ਤੂੰ, ਹਾਏ ਕਿਹੜਾ ਭੈੜਾ ਟਾਈਮ ਸੀ ਜਦੋਂ ਮੇਰਾ ਮੁੰਡਾ ਵਿਆਹ ਲਿਆ ਤੈਨੂੰ ਕਮਲੀ ਜਈ ਨੂੰ, ਸਿਆਪੇ ਪਾਤੇ ਖਾ ਚਾ ਕੇ। ਹਾਏ ਮੈਂ ਤੈਨੂੰ ਦੇਖ ਲੂੰਗੀ। ਹਾਂ ਤੁਸੀਂ ਛੱਡੋ, ਗੁੱਸਾ ਛੱਡੋ, ਹਾਂ ਅੰਦਰ ਚੱਲ ਕੇ ਆਰਾਮ ਕਰ, ਤੁਸੀਂ ਆਰਾਮ ਕਰੋ, ਆ ਜਾਓ ਆ ਜਾਓ ਚਲੋ। ਹਾਏ 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 ਮੈਨੂੰ ਫੜੋ, ਹਾਏ 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 ਮੈਨੂੰ ਤੇ ਲੈ ਜਾਓ। ਹਾਂਜੀ ਹਾਂਜੀ ਲੈ ਜਾਓ, ਚਲੋ ਚਲੋ ਆਰਾਮ ਨਾਲ। ਹਾਏ ਇੰਨਾ ਕੰਮ ਤਾਂ ਕਦੇ ਨਹੀਂ ਕੀਤਾ, ਮੈਂ ਥੱਕ ਗਈ ਹੈ। ਹਾਏ ਥੱਕ ਤਾਂ ਮੈਂ ਵੀ ਗਿਆ। ਹੁਣ ਪਤਾ ਚੱਲ ਰਿਹਾ ਕਿ ਥੋੜਾ ਬਹੁਤ ਕੰਮ ਤਾਂ ਬੰਦਾ ਕਰ ਹੀ ਲੈਂਦਾ, ਜਿੱਦਾਂ ਦਾ ਮਰਜ਼ੀ ਸੀਗਾ ਬੰਦਾ ਬਹੁਤ ਵਧੀਆ, ਸਾਰਿਆਂ ਦਾ ਬਹੁਤ ਖਿਆਲ ਰੱਖਦਾ ਸੀ। ਹਾਂ ਛੋਟੇ ਛੋਟੇ ਕੰਮ ਸਾਰੇ ਸਵਾਰ ਦਿੰਦਾ। ਹਾਂ ਸਹੀ ਕਹਿ ਰਹੇ ਤੂੰ ਪੁੱਤ, ਮੇਰੇ ਕੰਨਾਂ ਨੂੰ
हाले तक भुलेखा पै रहा। क्यों मेनू कह रहा मम्मी जी साप साप कहना है मेनू। हाँ राइट मम्मी जी, ओनू तो मैं भी बहुत मिस करता हूँ। करता नहीं करती। वैसे एक गल है, मिस तो ओनू ना दादी जी भी बहुत करते, पर आखड़खोर बहुत है। समझाए कौन मनाए कौन, पता नहीं किस हाल च होना, किड़े किथे होना, की करता होना बेचारा। हाय मैं काम करदा, मैं दोबारा फोन करदा। तूफानी आखड़े तूफान की कहे तो पुत्र तूफान आ रहा, मैं तो कुछ संभालिया नहीं संभालिया नहीं। हाय मैं किथे की करा, समझ नहीं आ रहा मेनू। नो मम्मी जी, सैंडी द जस्ट एग्जांपल उदाहरण दिता थोनू, सच्ची मुची दा तूफान थोड़ी आन लगा कोई। मैं तो सच्ची बौखलाई गई हां, समझ नहीं आ रहा की हो रहा। ओनू ले जान काले कच्छे वाले चोर, वो फोन उन्हें स्विच ऑफ करके रखा है। वो बंदा गाला ना कटे तो और की करे। पुत्र शांत हो जा, इदा थोड़ी कहीदा हुंदा। उधर ना बैलेंस खत्म हो गया होना, वैसे भी पैसे भी नहीं कमा रहे होना आजकल। दादी नु थोड़ी पता है क्यों दा फोन स्विच ऑफ है। की सोची जा रहे तू? आइडिया की गुलाब कौर तेरी दहशत तेरी ढिली क्यों पैंती जाती है? दहशत ढिली नहीं पैन देनी। तू ना एक काम कर, तू इनू रख परे, तू सैपरी खिंच लै, तेरी दहशत वापस आ जाएगी। ठीक है। हेलो हेलो हेलो, कौन बोलता है? कैसे हो दादी जी? मैंने तेरी आवाज नहीं सुनाई दी। आहो तू दस कौन बोलता पे पहला? मैं क्या दसा, मैं गुलाब कौर बोलती पई हाँ। आहो बेबी जी, मैं नवाब बोल रहा हूँ, नवाब साहब। ये नवाब का फोन है, नवाब मोए ने मुझे फोन किया। हाँ बोल। किन्नी चंगी तरह सैंडी नवाब की आवाज कड़ी जा रहा है ना, बस हुन बीजी मन जान। हाँ जी मम्मी जी, आई जस्ट वांट ए प्लान सक्सेसफुल हो जाए। जे ग्रैंड मॉम नू जे जे भी डाउट हो गया ना, ते असी फॉरएवरली उना दी आइज च दिख जाना है। दिख जा की के जाना है। हाँ हाँ, जे बीजी नू पता चल गया कि असी सारा ये प्लान बनाया ना, ते ओदों तो बहुत नाराज हो जाना साडे नाल। पर नहीं नहीं, आपा बुरा क्यों सोचिए। हाँ उन्होंने तो मान ही जाना, उन्होंने लगेगा कि नवाब ही है। हाँ सैंडी ना चंगा कर रहा, बस सब ठीक हो जाना। वेखी बीजी ने ना चाटी नवाब नू बुला लेना। हाँ हाँ जी ऐसा ही हो। नवाब का फोन आया है, सामने तो कॉल किया उन्हें, मैं हूं ना उन्हें तो खदड़ी करेगा। आहो है नहीं, मैं दस के आवाना सैंडी नू, नवाब का कॉल आया है। आहो ठहर जा, बीजी कितने चले? अच्छा अच्छा नहीं दस, चाह तो मेरी तुम्हें पता ही है, मेरी चाह तो तुम्हें पता ही है। बीजी ने नवाब का फोन आ गया। हेलो उची बोल, जरा सुनता नहीं पिया मैनू। हाय हाय फोन कट हो गया है। हाय हाय एक दिन साढ़े इतने नैटवर्क की प्रॉब्लम बड़ी हैगी है ना, मैं ना सरपंच नू कहांगी अंबानी नू फोन कर, तो कह साढ़े उत्थे ना वड्डा सारा तारा वाला जिहड़ा हुंदा ना ओ की कहिंदे उहनू टावर लवा दे। टावर नहीं ग्रैंडमम, टावर हुंदा है। आहो ओही जो तू कहनी पई है। की कहिंदा सीगा? कहना की सी है, गल्ला करता पिया सी, होर की फोन कीता सी उहने सामने तो। हां ओहो बीजी फोन तां कीता ना उहने, मतलब तां सारी तां है ही ना, ते आपां इदां कर देना उहनू वापस बुला लैंदे हुणे ही। सैंडी पुत्तू जा। नहीं 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 नहीं, मैं के जाना किसे ने भी। आहो आहो मैं जाना किते नहीं हैगा किसे ने भी। मैं मेरे कोल आके जदों सारिया दे सामने माफी नहीं मंगेगा ना, ते तां तक मैं नहीं माफ करांगी उहनू। आहो मैं तुहानू दस दवां सच्ची तां वापस आ रहे ना, मैं नहीं उहनू आन देना जद तक मैनू सॉरी नहीं कहेगा। आहो चलो चलो अंदर चलो, चार जने अंदर चलो। हाँ जी मरो तुसी सारे जने इत्थे, मैं अंदर चली जानी हूँ। तेरा तो प्लान फ्लॉप हो गया, हुन की करिए अपा? पता नहीं मम्मा, मैंने तो बहुत टेंशन हुन दिया। शुक्र है अपा तू बाल बाल बचा ले, नहीं तो मैं भी ना आज नवाब को करो बाहर ही होना। नो नो सैंडी, इफ ग्रैंडमम तेनू हाउस च आउट कर दे ता फिर मैं की करदा? दास करो बाहर हुंदा ते तुसी कर दे अंदर हुंदे, या तो तुसी भी दास नाल करो बाहर ही हुंदे। हां यस सैंडी, इफ तुसी आउट हुंदे ना हाउस च
ਤਾਂ ਮੈਂ ਵੀ ਨਾਲ ਹੀ ਆਣਾ ਸੀ ਪਰ ਮੈਂ ਤਾਂ ਹੁਣ ਇਹ ਨਹੀਂ ਸਮਝ ਆ ਰਿਹਾ ਕਰੀਏ ਤੇ ਕਰੀਏ ਕੀ ਹਾਏ ਦਾਦੀ ਨੇ ਤਾਂ ਕਿਹਾ ਕਿ ਉਹਨੂੰ ਮੇਰੇ ਸਾਹਮਣੇ ਲੈ ਕੇ ਆਓ ਉਹ ਯਾਰ ਉਹਦਾ ਪਤੰਦਰ ਮੇਰਾ ਫੋਨ ਹੀ ਨਹੀਂ ਚੱਕ ਰਿਹਾ ਹਾਏ ਉਹ ਜੇ ਦਾਦੀ ਨੂੰ ਪਤਾ ਚੱਲ ਗਿਆ ਨਾ ਕਿ ਇਹ ਸਾਡਾ ਕੀਤਾ ਕਰਾਇਆ ਉਹਨੇ ਸਾਨੂੰ ਜਾਨੋ ਹੀ ਮਾਰ ਦੇਣਾ ਹਾਂ ਸੈਂਡੀ ਹੁਣ ਨਾ ਉਹ ਅਸੀਂ ਉਸ ਨਵਾਬ ਦੇ ਚਾਈਲਡ ਨੂੰ ਕਿੱਥੋਂ ਲੱਭ ਕੇ ਲਾਂਗੇ ਯਾਰ ਮੈਨੂੰ ਤਾਂ ਖੁਦ ਨਹੀਂ ਸਮਝ ਆ ਰਿਹਾ ਯਾਰ ਮੈਂ ਕੰਮ ਕਰਦਾ ਨਾ ਉਹਦੇ ਕਿਸੇ ਯਾਰ ਦੋਸਤ ਜਾਂ ਮਿੱਤਰ ਪਿਆਰੇ ਨੂੰ ਪੁੱਛ ਕੇ ਦੇਖਦਾ ਉਹ ਸ਼ਾਇਦ ਪਤਾ ਹੀ ਚੱਲ ਜੇ ਬਟ ਸੈਂਡੀ ਤੈਨੂੰ ਤਾਂ ਪਤਾ ਹੀ ਨਹੀਂ ਉਹ ਕਿੱਥੇ ਆ ਤੇ ਉਹਦੇ ਫਰੈਂਡਸ ਲਾਈਕ ਕਿਵੇਂ ਹੋ ਆਲ ਦਿਸ ਓ ਡਾਰਲਿੰਗ ਤੂੰ ਛੱਡ ਪਰੇ ਜੱਟ ਤੇ ਭਰੋਸਾ ਰੱਖ ਓ ਜੱਟ ਦੀ ਅਪਰੋਚ ਤਾਂ ਬਾਨੀ ਤੱਕ ਹੈ ਬਾਨੀ ਤੱਕ ਅਸੀਂ ਲੱਭ ਲਾਂਗੇ ਲੱਗ ਗਈ ਓਹ ਸੈਂਡੀ ਯੂ ਡੋਨਟ ਨੋ ਅਸੀਂ ਮਸਾਈ ਤਾਂ ਬੱਚੇ ਗ੍ਰੈਂਡ ਮਮ ਤੋਂ ਮੈਨੂੰ ਤਾਂ ਡਰ ਲੱਗਦੀ ਓ ਤੂੰ ਟੈਨਸ਼ਨ ਕਿਉਂ ਲੈਣੀ ਹੈ ਜੱਟੀਏ ਆਪਾਂ ਇਸ ਬਾਰੇ ਕੋਈ ਨਵਾਂ ਫਰੈਸ਼ ਆਈਡੀਆ ਲੱਭਾਂਗੇ ਨਵੀਂ ਸਕੀਮ ਓਕੇ ਛੇਤੀ ਛੇਤੀ ਨਾ ਇਸ ਚ ਆਪਣਾ ਨੰਬਰ ਡਿਲੀਟ ਕਰਕੇ ਨਵਾਬ ਦਾ ਨੰਬਰ ਫੀਡ ਕਰ ਦੋ ਤਾਂ ਕਿ ਨਾ ਗ੍ਰੈਂਡ ਮਮ ਨੂੰ ਡਾਊਟ ਨਾ ਹੋਵੇ ਠੀਕ ਠੀਕ ਹੋ ਰਿਹਾ ਨਾ ਛੇਤੀ ਛੇਤੀ ਕਰੋ ਫੋਨ ਵਾਪਸ ਰੱਖੀਏ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਤੁਸੀਂ ਕੀ ਕਰ ਰਹੇ ਹੋ ਬਸ ਕਰ ਦੋ ਹੋ ਗਿਆ ਵਾਪਸ ਰੱਖਦੇ ਹਾਂ ਨੋ ਤੁਸੀਂ ਦੇਖਿਓ ਤੂੰ ਜਾ ਨਾ ਮੈਂ ਲਈ ਸੀ ਨਾ ਹੁਣ ਤੁਸੀਂ ਜਾਓਗੇ ਗ੍ਰੈਂਡ ਮਮ ਤੋਂ ਮੈਨੂੰ ਨੋ ਨੋ ਅੱਛਾ ਠੀਕ ਹੈ ਮੈਂ ਜਾਂਦੀ ਹਾਂ ਸੈਂਡੀ ਛੇਤੀ ਛੇਤੀ ਮੈਸੇਜ ਕਰ ਦੋ ਮੈਂ ਮਾਫੀ ਚਾਹੁੰਦਾ ਬੀਜੀ ਮੈਂ ਆਪਣੇ ਵਿਵਹਾਰ ਲਈ ਸ਼ਰਮਿੰਦਾ ਬਸ ਕੰਮ ਹੋ ਜੇ ਹੈ ਇਹ ਕਿਹਦਾ ਮੈਸੇਜ ਆ ਗਿਆ ਨਵਾਬ ਮੈਨੂੰ ਮਾਫ ਕਰ ਦਿਓ ਨਵਾਬ ਮੇਰੇ ਕੋਲ ਮਾਫੀ ਮੰਗਦਾ ਪਿਆ ਉਹ ਮੈਸੇਜ ਤੇ ਸਾਹਮਣੇ ਆਮ ਹੋਇਆ ਹੈ ਸਾਹਮਣੇ ਕਿਹੜੇ ਮੂੰਹ ਨਾਲ ਆਏਗਾ ਹੈ ਬੜੀ ਔਕੜ ਦਿਖਾ ਕੇ ਗਿਆ ਸੀ ਮਰ ਜਾ ਕੇ ਪਰੇ ਆ ਮੇਰਾ ਸੈਂਡੀ ਦੱਸ ਕੇ ਆਨੀ ਆ ਕਿ ਨਾ ਨਵਾਬ ਮੇਰੇ ਕੋਲ ਸੋਰੀ ਮੰਗਦਾ ਪਿਆ ਵੇ ਉਹਦੇ ਮੈਸੇਜ ਆਉਂਦੇ ਪਏ ਨੇ ਮੈਨੂੰ ਆ ਨਹੀਂ ਨਹੀਂ ਰਹਿਣ ਦੇ ਕੀ ਪਤਾ ਨਵਾਬ ਨਾ ਚਾਹੁੰਦਾ ਹੋਵੇ ਕਿ ਮੈਂ ਕਿਸੇ ਹੋਰ ਨੂੰ ਦੱਸਾਂ ਉਹ ਸਿਰਫ ਮੇਰੇ ਕੋਲ ਮਾਫੀ ਮੰਗਦਾ ਹੋਵੇ ਹੈ ਨਾ ਰਹਿਣ ਦੇ ਨਹੀਂ ਆ ਆਹ ਛੱਡ ਆਹ ਰਹਿਣ ਦੇ ਹੈ ਨਹੀਂ ਤੂੰ ਮੈਨੂੰ ਕਿੱਦਾਂ ਇੱਦਾਂ ਚੋਰੀ ਚੋਰੀ ਦੇਖਦੀ ਪਈ ਹੈ ਮੈਂ ਚੋਰ ਆ ਇੱਧਰ ਆ ਦੱਸ ਮੈਨੂੰ ਕੋਈ ਦੇਖਦੀ ਪਈ ਸੀ ਇੱਦਾਂ ਇੱਦਾਂ ਕਰਕੇ ਮੈਂ ਨਾ ਮੈਂ ਤੁਹਾਨੂੰ ਯੋਗਾ ਕਰਦੇ ਦੇਖ ਰਹੀ ਸੀ ਮੈਂ ਤੁਹਾਨੂੰ ਨਿਹਾਰ ਰਹੀ ਸੀ ਹਾਏ ਕਿੰਨੇ ਸੋਹਣੇ ਲੱਗ ਰਹੇ ਸੀ ਯੋਗਾ ਕਰਦੇ ਹੋਏ
इस उम्र च तुसी मतलब तुसी हाले भी जंग जे हो हाँ ते योगा करके होर भी जंग हो जाना तुसी हाँ मैं ते इन्ना योगा करना ना इन्नी जंग हो गया कि मैंने जंग लग जाना नहीं मेरा कहने का मतलब ये कि मैं ना इमली तो भी छोटी लगन लग पड़ना देखी तू हाँ तुसी योगा कर करके थक गए होने मैं नाश्ता लेके आनी हाँ 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 जा नाश्ता लेके आ नहीं गल सुन बाकी सारे कितने रे मेरा मतलब संडी वगैरह ओ बाहर गया शायद ओ हाँ हाँ अच्छा अच्छा नाश्ता लेके आवा मैं लेके आ नाश्ता संडी भी ना एवं इधर उधर भटकता रहा वे आहो मैं ना ओनू ए फोन है मेरे को मैं ओनू फोन करती हाँ है मैं सैंडी को फोन मिलाया नवाब का नंबर आ गया अच्छा शायद गलती च भुलेखा लग गया मैं वापस मिला दी चल तू फिर नवाब का नाम आया है क्यों क्या ऐसा कितना हो सकता है अच्छा ते मेरे मोबाइल च वायरस तो नहीं आ गया मोया वायरस मेरे ना पुत्र के नंबर खा गया होना आहो ये मर जाना समझता की है हैं ते मेरे को नंबर नहीं हैगा ओदी दादी ने ना ओदा नंबर ना अपने दिल विच पा के रखा है फीड किया इत्थे आओ ले मेरे सैंडी दा नंबर मैं करती हूँ वापस